ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਮਨੁੱਖਤਾ, ਸਾਂਝੀਵਾਲਤਾ, ਆਪਸੀ ਵੈਰ ਵਿਰੋਧ ਦੀ ਭਾਵਨਾ, ਅਣਮਨੁੱਖੀ ਘਟਨਾਵਾਂ, ਧਰਮ ਦਾ ਸ਼ੋਸ਼ਣ, ਸਮਾਜਿਕ ਸ਼ੋਸ਼ਣ ਅਤੇ ਆਰਥਿਕ ਸ਼ੋਸ਼ਣ ਦੇ ਅਗੇਂਸਟ ਉਹਨਾਂ ਦੀ ਇੱਕ ਬਹੁਤ ਵੱਡੀ ਮੂਵਮੈਂਟ ਸੀ। ਤਰਨ ਤਾਰਨ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਜਿਹਨਾਂ ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਤੋਂ ਪਹਿਲੇ ਵੀ ਹੈ, ਉਹ ਵੀ ਮਨੁੱਖੀ ਅਧਿਕਾਰਾਂ ਦੇ ਦੀ ਰਾਖੀ ਵਾਸਤੇ ਉਹਨਾਂ ਦੀ ਬਾਣੀ ਦੀ ਪਕਾਰ ਇੱਕ ਆਪਣੇ ਉਸ ਮਾਲਕ ਨੂੰ ਹੈ, ਆਪਣੇ ਸਪੀਰ ਨੂੰ ਹੈ, ਗੁਰੂ ਨੂੰ ਹੈ ਕਿ ਮਨੁੱਖਤਾ ਦਾ ਕਾਰਨ ਹੋ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤਾ ਬਾਣੀ ਦਾ ਵਿਸਥਾਰਪੂਰਵਕ ਉਹਨਾਂ ਦੇ ਮਿਸ਼ਨ ਦਾ ਭਾਈ ਗੁਰਦਾਸ ਜੀ 'ਚੋਂ ਉਹਨਾਂ ਦੀ ਜਿਹੜੀ ਭਾਈ ਗੁਰਦਾਸ ਜੀ ਬਾਰਾਂ ਉਹਨਾਂ 'ਚ ਹੈ। ਕਲ ਤਾਰਨ ਗੁਰੂ ਨਾਨਕ ਆਇਆ ਸੁਣੀ ਪੁਕਾਰ ਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਬਿਠਾਇਆ। ਇੱਕ ਧਾਰਨਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸ਼ੋਭਾ ਸੁਣ ਕੇ ਆਇਆ। ਐਸੇ ਗੁਰੂ ਗੁਰੂ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਮਨੁੱਖੀ ਅਣਮਨੁੱਖੀ ਹਿਊਮਨਸ ਜਿਹੜੇ ਆਪਸੀ ਸੰਬੰਧ ਸਨ ਉਹਨਾਂ ਨੂੰ ਸਿਖਾਲਾ ਬਣਾਉਣ ਵਾਸਤੇ ਉਹਨਾਂ ਨੇ ਆਪਣੇ ਵਿਸ਼ਵ ਚਾਰ ਦਾਸੀ ਕੀਤੀ ਹੈ। ਵੱਖਰੇ ਵੱਖਰੇ ਧਾਰਮਿਕ ਸਥਾਨਾਂ 'ਤੇ ਜਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਪਖੰਡ ਬਾਜੀ ਨੂੰ। ਹੁਣ ਕਿਹਾ ਹਿੰਦੂ ਅਤੇ ਮੁਸਲਿਮ ਮਹਾਰਾਜ ਜਦੋਂ ਉਹਨਾਂ ਦਾ ਪਹਿਲਾ ਪੈਗਾਮ ਸੀ ਸੁਲਤਾਨਪੁਰ ਤੋਂ, ਸ਼ੁੱਧ ਅਮਲਾਬਾਦ ਜਦੋਂ ਉਹਨੂੰ ਰੋਈ, ਮਤਲਬ ਨਾ ਹਿੰਦੂ ਧਰਮ 'ਤੇ ਚੱਲ ਰਿਹਾ ਨਾ ਮੁਸਲਮਾਨ ਧਰਮਿਕ ਸਮਾਜਿਕ ਕਦਰਾਂ ਦੀ ਕੀਮਤਾਂ ਦੇ ਉੱਤੇ ਚੱਲ ਰਿਹਾ। ਸੋ ਅੱਜ ਅਸੀਂ ਉਹਨਾਂ ਦਾ 549ਵਾਂ ਜਨਮ ਦਿਨ ਜਿਹੜਾ ਮਨਾ ਰਹੇ ਹਾਂ। ਮੈਂ ਬਹੁਤ ਸ਼ਬਦ ਕਹਿਣ ਨੂੰ ਦਿਲ ਕਰਦਾ ਪਰ ਸਮਾਂ ਆਜ਼ਾਦ ਨਹੀਂ ਦਿੰਦਾ, ਨਾ ਇੰਨਾ ਟਾਈਮ ਟੀ ਵੀ ਵਾਲੇ ਕਵਰ ਹੋ ਸਕਦਾ। ਸੋ ਮੈਂ ਸਮਝਦਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁੱਖ ਹੀ